ਕਹਿ ਦਸੀਆ ਫਿਲਹਾਲ ਤੱਕ ਨੇ ਉਸ ਮਾੜੀ ਹਾਲਤ ਕਹਿ ਆ ਠੀਕ ਹੈ ਇਸ ਸਾਈਡ ਹੈ ਤਾਂ ਚੌਕ ਹੈ ਉਹ ਦੀ ਸਾਈਡ ਤੱਕ ਨੇ ਪਿਓ ਓਏ ਓਏ ਬੇਟਾ ਸਾਰੇ ਬੜੀ ਸਾਈਸ ਨੇ ਕਿ ਬਾਸ਼ਾ ਜਿਹੜੀ ਪਹਿਲੀ ਗੜੀ ਆ ਬਾਸ਼ਾ ਨਹੀਂ ਪਿਆ ਉਹ ਇਹ ਆ ਚੱਕਰ ਨਹੀਂ ਹੁਣ ਸਾਡਾ ਲੱਗੀ ਆ ਇਹ ਕਿਸ ਦਾ ਐਕਸੀਡੈਂਟ ਹੋਇਆ ਪਿੱਛੂ ਕਾਰ ਐਸ਼ ਨਹੀਂ ਸੀ ਲੱਗੀ ਉਹ ਕਾਰ ਨਸ਼ੀ ਗਈ ਆ ਅਸਲਾਮ ਅਲੈਕੁਮ ਪਬਲਿਕ ਕੀ ਹਾਲ ਹੈ ਸੋ ਸਾਰਿਆਂ ਦਾ ਠੀਕ ਠਾਕ ਹੋ ਮੈਂ ਆ ਚੌਧਰੀ ਅਨੀਸ ਸਦਾ ਕੀ ਰਿਹਾ ਯੂਟਿਊਬ ਚੈਨਲ ਅਨੀਸ ਸਕੁਆਡ ਜਿਸ ਕੇ ਸੋ ਹਾਈਲਾਈਟਸ ਤੱਕ ਉਸ ਨੇ ਯਕੀਨ ਕਰੋ ਕਿ ਇਤਨੀ ਸ਼ਦੀਦ ਕਿਸਮ ਦੀ ਬਾਰਿਸ਼ ਹੋਈ ਹੈ ਨਾ ਲਾਸਟ 3-4 ਵਲੌਗ ਦੇ ਅੰਦਰ ਜਿਸ ਕੇ ਕੁਝ ਤਬਾਹੀਆਂ ਵਗੈਰਾ ਸੋ ਦਸੀਆਂ ਮਕਾਨ ਕਾਫੀ ਜ਼ਿਆਦਾ ਡੈਮੇਜ ਹੋਏ ਨੇ ਖਾਸ ਕਰੀ ਲੈਂਡ ਸਲਾਈਡਾਂ ਰੋਡਾਂ ਦੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਪਹੁੰਚਾਇਆ ਇਹਨਾਂ ਬਾਰਿਸ਼ਾਂ ਦੀ ਵਜ੍ਹਾ ਤੋਂ ਤੇ ਸਾਵਣਾ ਮਹੀਨਾ ਤਾਂ ਗੁਜ਼ਰ ਗਿਆ ਆ ਠੀਕ ਹੈ ਲੇਕਿਨ ਜਿਹੜੀ ਬਾਰਿਸ਼ਾਂ ਨੇ ਸਟਿਲ ਉਸਰੀ ਲੈਣੀਆਂ ਪਈਆਂ ਤੇ ਯਕੀਨ ਕਰੋ ਕਿ ਇਸ ਟਾਈਮ ਜਿਹੜਾ ਮੌਸਮ ਹੈ ਨਾ ਬੜਾ ਹੀ ਖਰਾਬ ਹੈ ਤਕਰੀਬਨ ਕੋਈ 10 ਮਿੰਟ ਪਹਿਲਾਂ ਮੈਂ ਬਾਜ਼ਾਰ ਗਿਆ ਸੀ ਨਾ ਇਤਨੀ ਸਖਤ ਬਾਰਿਸ਼ ਅਚਾਨਕ ਹੋਈ ਹੈ ਨਾ ਕਿ ਮੈਂ ਬਿਲਕੁਲ ਤੱਕ ਨਹੀਂ ਸੋਖੇ ਮੈਂ ਬਿਲਕੁਲ ਸਿੱਜੇ ਆ ਇਸ ਟਾਈਮ ਤਾਂ ਅਚਾਨਕ ਫਿਰ ਹੁਣ ਖੱਲੀ ਗਿਆ ਤਾਂ ਹੁਣ ਮੌਸਮ ਜਿਹੜਾ ਥੋੜਾ ਬੈਟਰ ਹੋਇਆ ਮੈਂ ਵਲੌਗ ਬਣਾਣੇ ਆ ਆਪਣੀ ਪਬਲਿਕ ਕੀ ਦੱਸਣਾ ਕਿ ਇਸ ਬਾਰਿਸ਼ ਤੋਂ ਬਾਅਦ ਤੂਫਾਨੀ ਬਾਰਿਸ਼ ਹੋਈ ਹੈ ਤਕਰੀਬਨ 11:30 ਨਾਲ ਇਸ ਟਾਈਮ ਟਾਈਮ ਹੈ ਔਰ ਸਵੇਰ ਤੋਂ ਜਿਹੜੀ ਬਾਰਿਸ਼ ਹੈ ਉਹ ਲੱਗੀ ਵੀ ਸੀ ਤਾਂ ਆਪੇ ਅੰਦਾਜ਼ਾ ਲਾਈ ਗਿਓ ਕਿ ਤਕਰੀਬਨ 4-5 ਘੰਟੇ ਸਟਿਲ ਜਿਹੜੀ ਬਾਰਿਸ਼ ਲੱਗੀ ਰਹੀ ਹੈ ਕਿੰਨੀ ਜ਼ਿਆਦਾ ਹੋਈ ਸੀ ਤਾਂ ਅੱਜ ਨੇ ਵਲੌਗ ਦੇ ਅੰਦਰ ਇਨਸ਼ਾ ਅੱਲਾਹ ਤਾਲਾ ਦੱਸਣੇ ਜੁੜੇ ਆ ਕਿਆ ਕੋਈ ਦਵਾਈਆਂ ਵਗੈਰਾ ਲਿਕੜੀਆਂ ਇਸ ਬਾਰਿਸ਼ ਦੀ ਵਜ੍ਹਾ ਤੋਂ ਰੀਸ ਟਾਈਮ ਮੈਂ ਬਿਲਕੁਲ ਘਰ ਨਹੀਂ ਛਤਾ ਮੌਜੂਦ ਆ ਤਾਂ ਕੀ ਰਿਹਾ ਸੋ ਕਿਆ ਨਜ਼ਾਰਾ ਆ ਕਿਆ ਹੀ ਬਾਤ ਆ ਜਨਾਬ ਸੋ ਸੀਨ ਕੁਝ ਇਸ ਤਰੀਕੇ ਨੇ ਅਲਹਮਦੁਲਿਲਾ ਕੱਲ ਸਾਡੇ ਯੂਟਿਊਬ ਫੈਮਿਲੀ ਨੇ 10,000 ਸਬਸਕ੍ਰਾਈਬਰ ਜਿਹੜੇ ਨੇ ਉਹ ਕੰਪਲੀਟ ਹੋ ਚੁੱਕੇ ਨੇ 10,000 ਜਿਹੜੀ ਸਾਡੀ ਯੂਟਿਊਬ ਫੈਮਿਲੀ ਹੈ ਉਹ ਕੰਪਲੀਟ ਹੋ ਗਈ ਹੈ ਤਾਂ ਯਕੀਨ ਕਰੋ ਕਿ ਕਦੇ ਇਤਨਾ ਸੋਚਿਆ ਨਹੀਂ ਸੀ ਮੈਂ ਯੂਟਿਊਬ ਸਟਾਰ ਜਿਹਾ ਕਰਤਾ ਸੀ ਨੂੰ ਲਾਈਆ ਸੁਣਨੇ ਹੋਣੇ ਸਾਂ ਕਿ 10,000 ਸਬਸਕ੍ਰਾਈਬਰ ਹਨ ਉਹ ਬੜਾ ਕੋਈ ਯੂਟਿਊਬਰ ਹੈ ਤਾਂ ਆਹਿਸਤਾ 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 ਅਲਹਮਦੁਲਿਲਾ 1,000 ਹੋਏ 2,000 ਹੋਏ 5,000 ਹੋਏ ਤਾਂ ਹੁਣ ਅਲਹਮਦੁਲਿਲਾ ਸਾਡੇ 10,000 ਸਬਸਕ੍ਰਾਈਬਰ ਹੋ ਹੀ ਚੁੱਕੇ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਾਰਿਸ਼ ਚੜੀ ਤੱਕ ਨੇ ਵੀ ਅਚਾਨਕ ਤੇਜ਼ ਹੋਈ ਚੁੱਕੀ ਹੈ ਇਸ ਸਾਈਡ ਹਸੀਬ ਬਾਈ ਤਾਂ ਬਾਕੀ ਪਠਾਨਕੋਟ ਦੇ ਦੋਸਤੋ ਕੀ ਹਾਲ ਹੈ ਠੀਕ ਹੋਣਾ ਆਈਏ ਤਾਂ ਇਹ ਤਾਂ ਕੀ ਰਿਹਾ ਬਾਰਿਸ਼ ਕਿੰਨੀ ਤੇਜ਼ ਹੋਈ ਅਚਾਨਕ ਹੀ ਤਾਂ ਬਾਕੀ ਹੁਣ ਚੱਲੇ ਆ ਬੁਨ ਮੈਂ ਹੁਣ ਅਗਰ ਵਿਊ ਸੀ ਦੱਸਣਾ ਜਾਂ ਆ ਚੱਕਰ ਉਹ ਬਾਰਿਸ਼ ਲੈਣੀ ਪਈ ਆ ਜਿਹੜੀ ਤੁਸੀਂ ਦਿਸਣੀ ਆ ਚਿੱਟੀ ਦੀ ਧੁੰਮ ਜੀ ਅਸਲੀ ਜਿਹੜੀ ਇਹਨੂੰ ਬਾਰਿਸ਼ ਲੈਣੀ ਪਈ ਨੇ ਠੀਕ ਹੈ ਉਹ ਤਾਂ ਕੀ ਰਿਹਾ ਐ ਸੀਨਸ ਨੇ ਮੰਗਲਾ ਡੈਮ ਬੜੀ ਤੇਜ਼ੀ ਨਾਲ ਚੰਨਾ ਪਿਆ ਇਨਸ਼ਾਅੱਲਾ ਬਹੁਤ ਜਲਦ ਮੰਗਲਾ ਡੈਮ ਨੇ ਜਿਹੜੇ ਵਲੌਗ ਹਨ ਉਹ ਛਨੇ ਲੈਣ ਔਰ ਉਸਨੇ ਅੰਦਰ ਮੈਂ ਤੁਹਾਨੂੰ ਦੱਸਾਂ ਕਿ ਡੈਮ ਕਿੰਨੀ ਤੇਜ਼ੀ ਨਾਲ ਚੰਨਾ ਪਿਆ ਪਿਛਲੇ ਵਲੌਗਾਂ ਨੇ ਦੱਸਿਆ ਸੀ ਲੇਕਿਨ ਉਹ ਲੈ ਇਤਨਾ ਚੜਿਆ ਕੋਈ ਨਹੀਂ ਸੀ ਤਾਂ ਇਨਸ਼ਾਅੱਲਾ ਉਹ ਵਲੌਗ ਵੀ ਛਨੇ ਲੈਣ ਲੇਕਿਨ ਇਹ ਬਾਰਿਸ਼ ਖਲਣ ਜੀ ਫਿਰ ਇਨਸ਼ਾਅੱਲਾ ਸੋ ਬਾਕੀ ਵੇਟ ਕਰਨੇ ਆ ਬਾਰਿਸ਼ ਕਲਾ ਤਾਂ ਫਿਰ ਅਗਲੇ ਸੀਨਸ ਜੜੇ ਨੇ ਉਸੇ ਚੈੱਕ ਕਰਾਣੇ ਆ ਬੱਚੋ ਬੱਚੋ ਜੋ ਬਾਰਿਸ਼ ਤੇਜ਼ ਹੋਈ ਨੇ ਚੱਲਿਆ ਜਨਾਬ ਹੁਣ ਅਸੀਂ ਬਾਰਿਸ਼ ਨਹੀਂ ਉਸੀ ਬਾਰਿਸ਼ ਨਹੀਂ ਔਰ ਇਹ ਜਿਹੜੀ ਬਾਰਿਸ਼ ਆਈ ਹੈ ਹੁਣ ਇਧਰੋਂ ਆਈ ਆ ਅਚਾਨਕ ਪਹਿਲੇ ਜਿਹੜੀ ਬਾਰਿਸ਼ ਸੀ ਨਾ ਉਹ ਉਧਰੋਂ ਲੈਣੀ ਪਈ ਸੀ ਚੈੱਕ ਸਵਾਰੀ ਲਈ ਸਾਡੂ ਆਈ ਸੀ ਉਹ ਤੁਕਣੇ ਆ ਨਾ ਮੈਂ ਥੋੜਾ ਉਸ ਦਸੀ ਹੁਣ ਆਇਆ ਅਬਰ ਜੀ ਦਾ ਕਿਆ ਮੈਸੇਜ ਦਸਿਆ ਆਇਆ ਹੁਣ ਫਿਰ ਚੈੱਕ ਕਰੋ ਉਹ ਤੱਕ ਨੇ ਕਿੰਨੀ ਤੇਜ਼ ਬਾਰਿਸ਼ ਲੈਣੀ ਪਈ ਆ ਇਹ ਇਸ ਸਾਈਡ ਕੋਈ ਨਹੀਂ ਠੀਕ ਹੈ ਇਹ ਜਿਹੜੀ ਇਸ ਸਾਈਡ ਤੱਕ ਨਹੀਂ ਮੇਰੀ ਇਧਰ ਕੋਈ ਬਾਰਿਸ਼ ਹਾਲੀ ਉਧਰ ਹੈ ਇਹ ਸਾਹਮਣੇ ਨੇ ਬਾਰਿਸ਼ ਨਾ ਇਸ ਤਰੀ ਹੋਣਾ ਹੈ ਅਚਾਨਕ ਛਣੀਆਂ ਤੇ ਕੋਈ ਪਤਾ ਨਹੀਂ ਹੋਣਾ ਅਚਾਨਕ ਕਿਹੜਾ ਲੈਣ ਪੈਣ ਤੇ ਖਾਸ ਕਰੀ ਇਸ ਮੌਸਮ ਵਿੱਚ ਨਦੀਆਂ ਨਾਲਿਆਂ ਤੋਂ ਸਾ ਦੂਰ ਰਹੋ ਅਚਾਨਕ ਜਿਹੜੇ ਨੇ ਤੁਗਿਆਨੀ ਜਿਹੜੀ ਆ ਉਹ ਆਈ ਜਾਣੀ ਹੈ ਤਕਰੀਬਨ ਉਸ ਤਕਰੀਬਨ ਟੋਟਲ 45 ਸਕਿੰਟ ਜਿਹੜੀ ਬਾਰਿਸ਼ ਹੋ ਲਈ ਸੀ ਫਿਰ ਹੁਣ ਅਚਾਨਕ ਖਲੀ ਗਈ ਹੈ ਮੋਟਰਸਾਈਕਲ ਸਾਂ ਬਿਲਕੁਲ ਰੈਡੀ ਕਰਤਾ ਆ ਚਲ ਸਾ ਜਨਾਬ ਅਸਾਂ ਇੱਕ ਜਗ੍ਹਾ ਪਰ ਉੱਥੇ ਜੁਲੀ ਦਾ ਮੈਸੇਜ ਸੁਣਾਉ ਉੱਥੋਂ ਜਿਹੜੀ ਪੁਲੀ ਹੈ ਨਾ ਰੋਡ ਜਿਹੜੀ ਆ ਉਹ ਬਹੁਤ ਜ਼ਿਆਦਾ ਡੈਮੇਜ ਹੋਈ ਹੈ ਇਸ ਬਾਰਿਸ਼ਾਂ ਵਿੱਚ ਜਦੋਂ ਅੱਜ ਸਵੇਰ ਹੈ ਸੋ ਚੱਲੇ ਹਾਂ ਉਧਰ ਹੀ ਤੇ ਨਾਲ ਆ ਇਨਸ਼ਾਅੱਲਾ ਸੋਹਣਾ ਗੱਲਾਂ ਹੋਣੀਆਂ ਔਰ ਖਾਸ ਕਰੀ ਰਸਤੇ ਵੀ ਜਿਹੜੇ ਮਕਾਮਾਤ ਇਸ ਤਰੀਕੇ ਨਾਲ ਕੁਝ ਬੜੇ ਡੇਂਜਰਸ ਜੇ ਉਹ ਇਨਸ਼ਾਅੱਲਾ ਤੁਸੀਂ ਦੱਸਾਂ ਪਠਾਨ ਜਿਹੜੇ ਉਹ ਨੱਠੇ ਵਾਪਸ ਗੇਟ ਹੋਏ ਸਨ ਤਾਂ ਹੁਣ ਜੂਈ ਅਜੇ ਪਹੁੰਚੇ ਸਨ ਕਿ ਬਾਰਿਸ਼ ਜਿਹੜੀ ਆ ਉਹ ਫਿਰ ਖਲੀ ਗਈ ਆ ਤਾਂ ਹੁਣ ਵਾਪਸ ਆਏ ਰਹੇ ਇਹ ਕਿਆ ਯਾਰ ਅਚਾਨਕ ਬਾਰਿਸ਼ ਉਤਰਤਾ ਹੈ ਅਚਾਨਕ ਰੁਕ ਜਾਤਾ ਇਹ ਕਿਆ ਵਜ੍ਹਾ ਹੈ ਹੈ ਅੱਛਾ ਬਾਕੀ ਨਾਲ ਚੱਲਨੇ ਆ ਮੋਟਰਸਾਈਕਲ ਬਿਲਕੁਲ ਰੈਡੀ ਕਰਤੇ ਆ ਔਰ ਇਹ ਸੀਨਸ ਨੇ ਫਿਲਹਾਲ ਹੀ ਥਾਣੇ ਤੱਕੀ ਜੋ ਕਿ ਹੁਣ ਸਿੱਜਨੇ ਆ ਇਹ ਕਿਆ ਬੰਨਾ ਆ ਕਿਉਂਕਿ ਮੌਸਮ ਜੜਾ ਨਸਤੀ ਲੱਗੇ ਖਰਾਬ ਹੈ ਬਾਰਿਸ਼ ਹੁਣ ਨਿੱਕੀ ਨਿੱਕੀ ਲੈਣੀ ਆ ਉਸ ਤਰੀਕੇ ਨਾਲ ਤੇਜ਼ ਜਿਹੜੀ ਆ ਉਹ ਕੋਈ ਲੈਣੀ ਜੀ ਜਨਾਬ ਅਸਲ ਲਿਖਣੀ ਥੋੜੇ ਜਿਹਾ ਆਏ ਆ ਤੱਕੀ ਰਹੋ ਸੋ ਕਿ ਬਾਰਿਸ਼ ਅਗੇਨ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਨੇ ਹੋਏ ਹੋਏ ਤਾਂ ਕਹਿ ਦਸੀ ਆ ਫਿਲਹਾਲ ਤੱਕ ਨੇ ਉਸ ਮਾੜੀ ਹਾਲਤ ਕਹਿ ਆ ਕਹਿ ਸੀ ਨੇ ਸਹੀ ਸ਼ਦੀਦ ਬਾਰਿਸ਼ ਲੱਗੀ ਤਾਂ ਉਹ ਸਿੱਜੀ ਗਏ ਆਸਾਂ ਕਿਆ ਬਾਤ ਆ ਜਨਾਬ ਔਰ ਅਲਹਮਦੁਲਿਲਾ ਇਹ ਜਿਹੜਾ ਮਦਰਸਾ ਸੋ ਤਕੀਰ ਹੁਣ ਇਹ ਤਕਰੀਬਨ ਤਿਆਰ ਹੋ ਚੁੱਕਿਆ ਆ ਇਹ ਜਨਾਬ ਤਕੀਰ ਸੋ ਨਿਊ ਸਿਟੀ ਨੇ ਗੇੜਾ ਕੋਲ ਔਰ ਖਾਸ ਕਰੀ ਇਹ ਜਗ੍ਹਾ ਤੋਂ ਕੋ ਹਾਂ ਇਹ ਤਕੀਰ ਹੋਏ ਪਿਛਲੀਆਂ ਬਾਰਿਸ਼ਾਂ ਇਹ ਰੋਡ ਜਿਹੜੀ ਇੱਥੇ ਟੁੱਟੀ ਸੀ
इस टाइम जो मैं गुजरना पे आया कनेली तो सो कनेली जो जामिया मस्जिद है ना ऐसा माशाल्लाह जरा वेदर है सेम सरिया ये जरा अगर पुली तकने पे निकता है सिंगल है इसने टू जरा काफी बड़ा एक नाला जरा गुजरना होना आया तकने हैं कि इस टाइम कितना जा ही रहा है तो कौन जगह तकी रहे इस्लामगढ़ जरा थाना है इसने कोल ही इतना पुली है तकरीबन बह गई है एक साइड तू अगर जी मुझे दसना है काफी जो बंद जमा हो नंबर भाई रो आए हमेशा पाने गए कि जी बड़ी गड्डी है इस पुलियो फिलहाल वो नहीं लिखन देना है डंपर वगैरह इस तरीके को हैवी जी इस टाइम गड्डिया थ्रू वो कौन ही लिखन देना है क्योंकि एक जगह जी थोड़ी रहनी है दूसरी साइड वो भी जड़िया ना उधर भी काफ़ी जड़िया दराड़ा वो इस टाइम पईया वन और असं दसना चला कि थाना जरा है वो उपर तकी रहे सो अपर थाना है और नाल जी बुन है इतना बड़ी पुली जी है वो मौजूदा सामने पास जड़े प्लाज हैं ठीक है लोकेशन से पता लगी उस अगर जी तो मैं दसना है कि कितनी जी पुली है ना वो डैमेज हुई है अब तक नहीं आओ ऐसा करो तो ये मुझे कबूतर वगैरह खड़ी ने वैसे सीन तो नहीं इस टाइम अगर जुलने हम जीत और तकरीबन जी रोड है ना ये साइड है तक नहीं पे हो आया थोड़ी जी रेनी पड़ी है ये सारी सारी है ना बैठी हुई है तकी जिनो यार बड़ी गड्डी लेकिन देना ही कोई नहीं फिलहाल मैं इतनी मौजूद हूँ और एक और चीज़ मैं नोट करती है कि इस साइड अगर तक नहीं पे होना ये जनाब काफ़ी बड़ी एक सेफ्टी वाल है ठीक है जी कि उठा जी सी मैं इधर जी थोड़ा असें दसना है इसका केस होता की सकने ठीक है और ये सेम जी है वो अगर जानी पी है और ये जी है ना उतू ठीक है वो पार अगर मैं सोचा उतू नालू किरी तो कितने दूर जी है ना वो आई है चेक करने पे हो सो कि PWD ने जो बंदे इस टाइम खलते हैं इस साइड भी पायरों मौजूद हैं भाई जी क्या हाल है सोना ठीक हो हैरियत है मैं दसो कि जरा बड़ा डंपर उसे खिलाया ने क्या वजह क्या खिलाया ने अच्छा नहीं जान देंगे लोड उसने काफी ज्यादा है ना बड़ी गड्डियां कोई भी नहीं जान देना तो ये जरा बस वगैरह आई रही है ये जान देने बस उतकने पे नोश नहीं पी है तो इस टाइम तक ये रहो कि जरा बंदा पूछना पाया ना उसने जाने तकने वास्ते कि जी पुली है ना ठीक है वो कितनी है जी टी है सो पुली तो मेन जी है ना इस जगह पर है ठीक है जिस जगह ये बंदे सारे खलते हुए इतना आया सो एक तो जगह है ना काफ़ी ज़्यादा डेंजरस है ठीक है इस साइड तुम तकने पे हो अच्छा चलो इतना खलते हुए दराड़ा वगैरह पे कोई पता नहीं कड़ा ये भी टेप है क्योंकि बारिश जी हम लगी भी सी पानी जरा जो रूड़ी दशना ना सारा जरा इन्ना बिच जाना है दराड़ा ने सो मैं ये लाजमी एड करता जाए क्योंकि ये जी है ना लेटेस्ट सारे में बड़ी सुनाई सकन कि बादशाह जी तबाही निकली जान बादशाह वजह तो वह ये आ सो हूँ तक जो कि हुकूमत कदू बनानी है मी तो नहीं लगना कि इतनी जल्दी ये बनी सकना वै क्योंकि अगर भी इसने पहले भी काफ़ी ज्यादा जो प्रोजेक्ट वो पेंडिंग पे हुए और हाथ भी सारे तकने कि ये जनाब कदू ये बनना वै बड़ियाँ गड्डियाँ इधर को नहीं लंघन देना ठीक है जैसे कि मसे हूँ डंपर आया सी डंपर है कि मोड़ी ना भेजाया इसका जरा दुआ रहा ना मुतबादल वो एहतियात कर सकेंगे ड्रैपर जाना है कुधर जाना है मी नहीं पता बरका फिर आया चलो फिलहाल जड़िया ना निक्किया गड्डिया और डंपर वगैरह जो लोड हुए वो कौन लिखन देना है बस ऐ जड़िया जगह इन परे परे ऐ थोड़ी जी सिंगल जी रोड है ना वो रेनी पी है कदू जी बनी असी
ਬਾਰਸ਼ਾ ਕੱਲ ਹੁੰਦਾ ਹੀ ਜ਼ਰਾ ਬਾਰਸ਼ਾ ਕੱਲ ਤਾਂ ਬਾਰਸ਼ਾ ਦੌਰਾਨ ਤਾਂ ਕੰਮ ਤਾਂ ਹੋਣਾ ਹੀ ਕੋਈ ਨਹੀਂ ਉਹ ਤੱਕੇ ਹੁਣ ਕਦੋਂ ਵੀ ਬੰਨਾ ਵਾ ਕਿਹੜੇ ਟਾਈਮ ਟੱਠੀ ਹੈ ਜਗ੍ਹਾ ਸਾਰੀ ਸਤਨਾ ਟਾਈਮ ਸੀ ਠੀਕ ਹੈ ਅੱਜ ਹੀ ਟੱਠੀਆਂ ਨੇ ਸਵੇਰੇ ਸਵੇਰੇ ਸੋ ਬਾਕੀ ਅੱਗੇ ਕੀ ਉਹਲਾ ਬਾਰਿਸ਼ ਜਿਹੜੀ ਮੈਂ ਕਿਹਾ ਵੀ ਜ਼ਿਕਰ ਚੁੱਕਿਆ ਕਿ ਸਵੇਰੇ ਜਿਹੜੀ ਬਾਰਿਸ਼ ਹੈ ਉਹ ਕਾਫੀ ਤੇਜ਼ ਲੱਗੀ ਸੀ ਰਾਤੀ ਜਿਹੜੀ ਬਾਰਿਸ਼ ਹੋਈ ਹੈ ਨਾ ਉਹ ਕਾਫੀ ਜ਼ਿਆਦਾ ਹੋਈ ਹੈ ਸੋ ਮੇਨ ਸੋ ਮੈਂ ਦੱਸਣਾ ਚਾਹਣਾ ਕਿ ਇੱਥੇ ਜਿਹੜੀਆਂ ਰੋਡਾਂ ਨੇ ਇਸ ਤਰੀਕੇ ਨਾਲ ਤਬਾਹੀਆਂ ਵਗੈਰਾ ਕੀ ਹੋਣੀਆਂ ਠੀਕ ਹੈ ਅੱਠੂ ਤੇ ਪਾਣੀ ਜਾਣਾ ਕੋਈ ਨਹੀਂ ਜਾਹਾਂਗੇ ਉਧਰੋਂ ਸੇਮਣ ਇਸ ਤਰੀਕੇ ਨਾਲ ਕੋਈ ਪਾਣੀ ਜਾਣਾ ਵਾ ਮੇਨ ਜਿਹੜਾ ਪਾਣੀ ਹੈ ਰੋਡਾਂ ਨਾਲ ਠੀਕ ਹੈ ਜਿਹੜਾ ਰੋਡਾਂ ਨਾਲ ਪਾਣੀ ਰੋਡਾਂ ਪਰ ਖੱਲਾ ਹੈ ਇਹ ਰੋਡ ਤਰੁੱਟੀ ਵੀ ਹੈ ਇਸ ਸਾਈਡ ਨੂੰ ਠੀਕ ਹੈ ਪਹਿਲੇ ਵੀ ਇਸ ਸਰੀ ਸੰਦਰਾਲਾਂ ਪਈਆਂ ਵਾ ਤੇ ਇੱਥੇ ਜਿਹੜਾ ਪਾਣੀ ਖੱਲਾ ਹੈ ਇਹਨਾਂ ਨੇ ਵੀ ਜਿਹੜਾ ਜਾਣਾ ਹੈ ਨਾ ਉਲਾ ਚਾਹੀਦਾ ਇਹ ਰੋਡ ਹੈ ਜਿਹੜੀ ਉਹ ਠੀਕ ਹੈ ਇਸ ਤਰੀਕੇ ਨਾਲ ਵਾਕਿਆ ਜਿਹੜੇ ਨੋ ਪੇਸ਼ ਨੇ ਖਾਸ ਕਰੀ ਪੁਲੀਆਂ ਸਹੀ ਨਾਲ ਬਣਦੀਆਂ ਮੈਨੂੰ ਅੱਠ ਪੁਲੀ ਹੈ ਨਾ ਉਹ ਇਸ ਤਰ੍ਹਾਂ ਟੇਪਰ ਵੀ ਪਾਣੀ ਆਇਆ ਵਾ ਮੇਨ ਦੱਸਣੇ ਦਾ ਮਕਸਦ ਹੈ ਕਿ ਪਾਣੀਆਂ ਜਿਹੜਾ ਨਿਜ਼ਾਮ ਹੈ ਨਾ ਖਾਸ ਕਰੀ ਇੱਧਰ ਸਾਰੇ ਪਾਸੇ ਰੋਡਾਂ ਇਹ ਸਾਰਾ ਪੈਸਾ ਠੀਕ ਹੈ ਸਾੜਾ ਆਇਆ ਟੈਕਸ ਵਾਲਾ ਠੀਕ ਹੈ ਰੋਡ ਵਗੈਰਾ ਬਣਾਈ ਹੋਣੇ ਲੇਕਿਨ ਜੇ ਪਾਣੀ ਦਾ ਨਿਜ਼ਾਮ ਹੈ ਨਾ ਉਹ ਕੋਈ ਨਹੀਂ ਸਹੀ ਕਰਨਾ ਸੋ ਉਮੀਦ ਹੈ ਉਹ ਜਿਹੜਾ ਇੱਧਰ ਡੰਗਾ ਬੰਨ ਸਨ ਤੇ ਪਾਣੀ ਇੱਥੇ ਨਿਜ਼ਾਮ ਕੋਈ ਸਹੀ ਜਾਵੇ ਇਸ ਤਰੀਕੇ ਨਾਲ ਟੋਇਆ ਛੋਇਆ ਨਾ ਹੋਵੇ ਤਾਂ ਪਾਣੀ ਇੱਥੇ ਖੱਲਾ ਨਾ ਸੋ ਮੇਨ ਦੱਸਣੇ ਮਕਸਦ ਆਇਆ ਸਮਝ ਗਿਓ ਆ ਪੁਲਿਸ ਨੇ ਜਿਹੜੀ ਗੱਡੀ ਆ ਉਹ ਜਾਣੀ ਪਈ ਹੈ ਇਹ ਪਾਵਾਂ ਤਾਂ ਬਿਲਕੁਲ ਬੋਲ ਗਿਆ ਬਾਕੀ ਗੱਲ ਬਾਕੀ ਉਮੀਦ ਹੀ ਕਰਨੇ ਆ ਜਨਾਬ ਉਹ ਪਿੱਛੇ ਲੱਗੀ ਵੀ ਆ ਮਿੱਟੀ ਜਿਹੜੀ ਹੈ ਨਾ ਇਹ ਭਰੀ ਤਾਂ ਖੰਨੇ ਪੈਣ ਵਿਸ਼ਕ ਪੈਣਾ ਜਿਹਨੇ ਪੁਲੀ ਬੋਲਦਾ ਇਹ ਤਾਂ ਕਰੀ ਜਾਓ ਖਾਸ ਕਰੀ ਬੁਕਲੈਂਡ ਜਿਹੜੀ ਹੈ ਨਾ ਉਹ ਤਾਂ ਆ ਜਿਹੜਾ ਇਹ ਟਰੈਕਟਰ ਹੈ ਖਲਸਾ ਉਸਦੇ ਉਹ ਜਿਹੜਾ ਜਿਹੜੀ ਮਿੱਟੀ ਰੁੜ ਗਈ ਹੈ ਨਾ ਪ੍ਰਾਈਜ਼ ਉਹ ਪੇਸ਼ ਹੀ ਦਿੱਤੀ ਉਹ ਤਾਂ ਠੀਕ ਹੋ ਰਹੀਏ ਸਰ ਉਹ ਜਨਾਬ ਆ ਕੇ ਬੁਕਲੈਂਡ ਜਿਹੜੀ ਉਹ ਮਿੱਟੀ ਹੈ ਇੱਕ ਹੋਰ ਚਾਚਾ ਰਾਇ ਖਲਤੇ ਮੈਂ ਇਹਨਾਂ ਦਾ ਪੁੱਛਨੇ ਆ ਬਾਕੀ ਜਿਹੜੀ ਇਹ ਪ੍ਰਾਈਜ਼ ਵਗੈਰਾ ਉਧਰ ਜੋਲੀ ਨੇ ਉਹ ਜੋਲੀ ਨੇ ਸਲਾਮ ਜੀ ਚਾਚਾ ਠੀਕ ਹੋ ਇਸ ਟਾਈਮ ਜਨਾਬ ਗੁਜ਼ਰੀ ਨੇ ਖੰਡਾ ਮੋੜ ਤੋਂ ਜਾਣੇ ਹੁੰਦਾ ਇੱਥੇ ਇਸ ਤਰੀਕੇ ਨਾਲ ਕੋਈ ਨਹੀਂ ਕੋਈ ਸੀਨ ਸੀ ਮੁੜੀ ਤਾਂ ਇੱਕ ਐਕਸੀਡੈਂਟ ਹੋਇਆ ਵਾ ਠੀਕ ਹੈ ਕੋਈ ਗੱਡੀ ਹੈ ਚੱਕਰ ਨਹੀਂ ਹੁਣ ਸਾਡਾ ਵੀ ਲੱਗੀ ਹੈ ਓਏ ਕਿਆ ਭਾਈ ਰੋਂ ਪੁੱਛਣੀ ਆ ਕੀ ਹੋਇਆ ਕਿਸ ਤਰ੍ਹਾਂ ਵਾਕਿਆ ਅਸਲਾਮ ਵਾਲੇਕੁਮ ਦੋਸਤਾਂ ਕੀ ਹਾਲ ਹੈ ਠੀਕ ਹੋ ਹੈਰੀਅਤ ਹੈ ਇਹ ਦੱਸੋ ਕਿ ਵਾਕਿਆ ਹੁਣੀ ਕੁਦਰੇ ਪੇਸ਼ ਆਇਆ ਕਿਉਂਕਿ ਮੈਂ ਥੋੜ੍ਹੀ ਦੇਰ ਪਹਿਲਾਂ ਇੱਥੇ ਗੁਜ਼ਰੇ ਹਾਂ ਇਸ ਤਰੀਕੇ ਨਾਲ ਕੋਈ ਨਹੀਂ ਸੀ ਸੀਨ ਇਹ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਪਿੱਛੂ ਕਾਰ ਐਸੀ ਨਹੀਂ ਸੀ ਲੱਗੀ ਉਹ ਕਾਰ ਨਸੀ ਗਈ ਹੈ ਨਾ ਖਲਤੀ ਰਹੀ ਆ ਉਹ ਪੁਜਾ ਦੇ ਦਿੱਤੀ ਹੈ ਅਲਾ ਠੀਕ ਹੋਈ ਗਿਆ ਤਾਂ ਦੂਈ ਗੱਡੀਆਂ ਲੱਗੇ ਉੱਠੇ ਉਹ ਗਏ ਉੱਠੇ ਸਹੀ ਹੋਈ ਗਿਆ ਤਾਂ ਅਸਲੀ ਹਾਸ ਕਰੀਏ ਜਨਾਬ ਜਿਹੜੇ ਖੰਡਾ ਮੋੜ ਆ ਰਹੇ ਜਿਹੜੇ ਮੋੜ ਨਾ ਜ਼ਿਗ-ਜ਼ੈਗ ਜਿਹਨੀ ਮੋੜ ਆਸਾਨ ਆ ਬਾਕੀ ਹੋਰ ਵੀ ਕਾਫੀ ਇਹਨਾਂ ਨੇ ਨਾਣ ਠੀਕ ਹੈ ਇੱਥੋਂ ਜਿਲ੍ਹਾ ਵੀ ਗੁਜ਼ਰੋ ਇਤਿਹਾਸ ਨਾਲ ਇਸ ਤਰੀਕੇ ਨਾਲ ਹਾਸੇ ਜਿਹੜੇ ਇੱਥੇ ਅਕਸਰ ਹੋਣੇ ਰਹਿਣਾ ਐਵੇਂ ਜ਼ਿਕਰ ਕਰੀਏ ਸੋ ਹਾਸ ਕਰੀਏ ਜਿਹੜੀ ਰੋਡਾਂ ਨੇ ਇੱਕ ਤਾਂ ਇਹ ਰੋਡ ਕਾਫੀ ਜ਼ਿਆਦਾ ਡੇਂਜਰਸ ਹੈ ਦੂਆ ਨੰਬਰ ਬਾਰਿਸ਼ਾਂ ਦੇ ਦੌਰਾਨ ਇੱਥੋਂ ਜਿਹੜਾ ਲੋਕ ਗੱਡੀ ਸਪੀਡਾਂ ਮੋੜਨੇ ਨਸਲੀ ਪਿੱਥਾ ਕਾਫੀ ਹੋਣਾ ਵਾ ਹੁਣ ਤੱਕ ਨੇ ਮੋਟਰਸਾਈਕਲੋਂ ਫਿਰਨਾ ਪਿਆ ਆ ਇਹ ਗੱਡੀ ਆਈ ਰਹੀ ਹੈ ਸੋ ਇਸ ਲਈ ਨੰਬਰ ਪਲੇਟ ਵਗੈਰਾ ਮੈਂ ਹਾਈਲਾਈਟ ਕਰੀ ਹੁੰਦਾ ਆ ਔਰ ਹਾਸ ਕਰੀ ਪਿੱਛੋਂ ਅਗਰ ਮੈਂ ਇਸ ਦੱਸਾਂ ਨੂੰ ਨਾ ਪਿੱਛੇ ਕਾ ਪਰਲੀ ਸਾਈਡੋਂ ਲੱਗੀ ਹੈ ਗੱਡੀ ਠੀਕ ਹੈ ਇਸ ਸਾਈਡੋਂ ਇਹ ਲੱਗੀ ਆ ਚੈੱਕ ਕਰਨੇ ਆ ਬਾਕੀ ਕੱਚ ਵਗੈਰਾ ਸਾਰਾ ਵੀ ਇੱਥੇ ਪਿਆ ਵਾ
ਟਾਇਰ ਵਗੈਰਾ ਨੇ ਵੀ ਕਾਫੀ ਡੈਮੇਜ ਹੋਇਆ ਇਸ ਸਾਈਡੋਂ ਹੁਣ ਚੱਲੇ ਆ ਵਾਪਸ ਯਾ ਹਾਸ ਕਰੀ ਬਾਦਸ਼ਾਹ ਨੇ ਮੌਸਮ ਚ ਲਾਜ਼ਮੀ ਥਾ ਕੋਈ ਨਾ ਕੋਈ ਐਕਸੀਡੈਂਟ ਹੋਣਾ ਹੈ ਇਸ ਟਾਈਮ ਜੀ ਵਾਪਸ ਅਸਾਂ ਆ ਚੁੱਕੇ ਹਾਂ ਔਰ ਤੱਕ ਹੀ ਰਹੋ ਸੋ ਯਕੀਨ ਕਰੋ ਕਿ ਡੈਮੇਜ ਇਤਨੀ ਤੇਜ਼ੀ ਨਾਲ ਇਜ਼ਾਫਾ ਹੋਣਾ ਪਿਆ ਨੇ ਇਹ ਸੁਣਕਣੇ ਪਿਓ ਪਨਿਆਮਾ ਪਨਿਆਮਾ ਇਸ ਟਾਈਮ ਦੋਵਾਂ ਸਾਈਡ ਇਸ ਸਾਈਡ ਵੀ ਪਾਉਣੀ ਆਈ ਆ ਇਸ ਸਾਈਡ ਵੀ ਤਾਂ ਵਿਚਕਾਰ ਜੋ ਜਗ੍ਹਾ ਹੈ ਨਾ ਸਿਰਫ ਹਾਲੀ ਜਿਹੜੀ ਆ ਨਾ ਇੱਕ ਰੋਡ ਰੇ ਸੀ ਠੀਕ ਹੈ ਜਿਹੜੀ ਨਾ ਡਾਇਕ ਬਣਾਈ ਵੀ ਜਾਂ ਸਿਰਫ ਡਾਇਕ ਰੇ ਸੀ ਤੇ ਦੋਵਾਂ ਸਾਈਡ ਜਿਹੜਾ ਉਹ ਪਾਣੀ ਸੀ ਸੋ ਇਹ ਸੀ ਸਾਡਾ ਇਹਨਾਂ ਵਲੋਗ ਵਾਪਸੀ ਪਰ ਹੁਣ ਤੱਕ ਮੌਸਮ ਬਿਲਕੁਲ ਸਾਫ਼ ਸੁਥਰਾ ਆਈ ਆ ਮਾਸ਼ਾਅੱਲਾ ਬੜਾ ਹੀ ਖੂਬਸੂਰਤ ਜਿਹਾ ਵੈਦਰ ਹੈ ਔਰ ਜਿਸਾ ਕਿ ਆਈ ਨੇ ਵਲੋਗ ਨੇ ਅੰਦਰ ਦੱਸੀ ਹੈ ਉਹ ਜਗ੍ਹਾ ਇਸਲਾਮਗੜ੍ਹ ਖਾਸ ਕਰੀ ਆਪਣੇ ਏਰੀਆ ਜਿਹੜੇ ਕੋਈ ਸ਼ਾਰਟਸ ਵਗੈਰਾ ਦੱਸੇ ਨੇ ਉਮੀਦ ਕਰਨਾ ਹੈ ਵਲੋਗ ਪਸੰਦ ਆਇਆ ਤੁਸੀਂ ਇਨਸ਼ਾਅੱਲਾ ਜਲਾ ਨਵੇਂ ਵਲੋਗ ਦੇ ਅੰਦਰ ਮੁਲਾਕਾਤ ਹੋਣੀ ਹੈ ਆਪਣਾ ਬਹੁਤ ਸਾਰਾ ਖਿਆਲ ਰੱਖੇ ਮਿਗੀ ਆਪਣੀ ਦੁਆ ਜਨਾਬ ਯਾਦ ਰੱਖੇ ਅੱਲਾ ਸੁਣਨ ਵਾਲਾ ਹੈ।